सत्संग जी, गुरु सत्संग जी, आओ हम अपना वाहिगुरु का नाम जप के अपना जन्म सफला करिए। वाहे गुरु, 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 वाहे
Vahe Guru.
ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਅਮਰ ਸਾਧ ਜੀ ਹੁਣ ਗੁਰੂ ਰਾਮਦਾਸ ਜੀ ਦੇ ਸਾਹਿਬਜ਼ਾਦੇ ਉਹਨਾਂ ਦਾ ਜ਼ਿਕਰ ਕਰੀਏ। ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੇ ਕੁੱਖੋਂ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਹੋਇਆ। ਸਭ ਤੋਂ ਵੱਡਾ ਪ੍ਰਿਥੀ ਚੰਦ, ਉਸ ਤੋਂ ਛੋਟੇ ਬਾਬਾ ਮਹਾਂਦੇਵ ਜੀ ਅਤੇ ਸਭ ਤੋਂ ਛੋਟੇ ਸ੍ਰੀ ਅਰਜਨ ਦੇਵ ਜੀ ਸਨ। ਪ੍ਰਿਥੀ ਚੰਦ ਮਨ ਦਾ ਬੜਾ ਖੋਟਾ ਸੀ ਅਤੇ ਉਹ ਬੜਾ ਚਲਾਕ ਅਤੇ ਚਤਰ ਆਦਮੀ ਸੀ। ਸੰਸਾਰਿਕ ਕੰਮਾਂਕਾਰਾਂ ਦੇ ਪੱਖੋਂ ਉਹ ਬੜਾ ਸਿਆਣਾ ਅਤੇ ਤੇਜ਼ ਸੀ। ਪਿਤਾ ਗੁਰੂ ਰਾਮਦਾਸ ਜੀ ਦੀ ਗੁਰਗੱਦੀ ਤੋਂ ਬਿਰਾਜਮਾਨ ਹੋਣ ਤੋਂ ਬਾਅਦ ਗੁਰੂ ਘਰ ਦਾ ਹਰ ਪ੍ਰਕਾਰ ਦਾ ਲੈਣ ਦੇਣ ਅਤੇ ਹਿਸਾਬ ਕਿਤਾਬ ਉਹ ਹੀ ਸਭ ਤੋਂ ਜ਼ਿਆਦਾ ਕਰਦਾ ਸੀ। ਸ਼ਰਧਾਲੂਆਂ ਵੱਲੋਂ ਆਈਆਂ ਭੇਟਾਵਾਂ ਦੀ ਸੰਭਾਲ ਸਾਂਭ ਸੰਭਾਲ ਵਸੰਦਾ ਰਾਹੀਂ ਆਈ ਮਾਇਆ ਦਾ ਰੱਖ ਰਖਾਵ, ਗੁਰੂ ਕੇ ਲੰਗਰ ਦਾ ਪ੍ਰਬੰਧ, ਇਮਾਰਤਾਂ ਲਈ ਆਏ ਸਾਜੋ ਸਮਾਨ ਅਤੇ ਖਰਚ ਹੋਏ ਪੈਸੇ ਦਾ ਹਿਸਾਬ ਕਿਤਾਬ ਆਦਿ ਸਭ ਪ੍ਰਿਥੀ ਆਈ ਰੱਖਦਾ ਸੀ। ਇਸ ਤਰ੍ਹਾਂ ਹਰ ਪ੍ਰਕਾਰ ਦੇ ਮੁੱਖ ਕੰਮਾਂ ਨੂੰ ਪ੍ਰਬੰਧਕ ਹੋਣ ਕਰਕੇ ਸਭ ਸੰਗਤਾਂ ਵਿੱਚ ਉਸਦਾ ਚੰਗਾ ਅਸਰ ਰਸੂਖ ਅਤੇ ਆਦਰ ਸਤਿਕਾਰ ਸੀ। ਸਾਰੇ ਪੈਸੇ ਟਕੇ ਦਾ ਪ੍ਰਬੰਧਕ ਹੋਣ ਕਰਕੇ ਉਹ ਆਪਣੇ ਲਈ ਕੁਝ ਵੱਖਰੇ ਪੈਸੇ ਵੀ ਜੋੜੀ ਜਾ ਰਿਹਾ ਸੀ ਅਤੇ ਵੱਡੇ ਹਾਕਮਾਂ ਨਵਾਬਾਂ ਨਾਲ ਆਪਣੀ ਮਿੱਤਰਤਾ ਵੀ ਕਾਇਮ ਕਰ ਰਿਹਾ ਸੀ ਤਾਂ ਕਿ ਲੋੜ ਪੈਣ 'ਤੇ ਗੁਰਗੱਦੀ ਦੀ ਪ੍ਰਾਪਤੀ ਲਈ ਉਹਨਾਂ ਦੀ ਮਦਦ ਲੈ ਕੇ ਇਸ ਤਰ੍ਹਾਂ ਪ੍ਰਿਥੀ ਚੰਦ ਗੁਰਘਰ ਦੀ ਸੇਵਾ ਸੰਭਾਲ ਦਾ ਇਹ ਕੰਮ ਕਾਰ ਸੇਵਾ ਸਮਝ ਕੇ ਕਰਦੀ ਬਜਾਏ ਕਿਸੇ ਖਾਸ ਮਕਸਦ ਦੀ ਪ੍ਰਾਪਤੀ ਲਈ ਕਰ ਰਿਹਾ ਸੀ। ਪ੍ਰਿਥੀ ਚੰਦ ਗੁਰੂ ਘਰ ਦਾ ਖਾਸ ਪ੍ਰਬੰਧਕ ਅਤੇ ਗੁਰੂ ਸਾਹਿਬ ਜੀ ਦਾ ਵੱਡਾ ਪੁੱਤਰ ਹੋਣ ਕਰਕੇ ਵੀ ਆਪਣੇ ਆਪ ਨੂੰ ਗੁਰਗੱਦੀ ਦਾ ਖਾਸ ਹੱਕਦਾਰ ਸਮਝਦਾ ਸੀ। ਉਹ ਸਮਝਦਾ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਕੇ ਹੀ ਭਾਈ ਲਹਿਣਾ ਜੀ ਨੇ ਗੁਰਗੱਦੀ ਪ੍ਰਾਪਤ ਕੀਤੀ ਸੀ। ਫਿਰ ਤੀਜੇ ਪਾਤਸ਼ਾਹ ਨੇ ਵੀ ਦੂਜੇ ਗੁਰੂ ਸਾਹਿਬ ਜੀ ਦੀ ਸੇਵਾ ਦੁਆਰਾ ਹੀ ਇਹ ਇਲਾਹੀ ਬਖਸ਼ ਪ੍ਰਾਪਤ ਕੀਤੀ ਸੀ ਅਤੇ ਮੇਰੇ ਗੁਰੂ ਪਿਤਾ ਜੀ ਨੇ ਵੀ ਤੀਜੇ ਗੁਰੂ ਜੀ ਦੀ ਸੇਵਾ ਦੁਆਰਾ ਹੀ ਉਹਨਾਂ ਦਾ ਮਨ ਜਿੱਤ ਕੇ ਗੁਰਗੱਦੀ ਦੀ ਬਖਸ਼ਿਸ਼ ਦੇ ਨੂੰ ਪ੍ਰਾਪਤ ਕੀਤਾ ਸੀ। ਇਸ ਪ੍ਰਕਾਰ ਪ੍ਰਿਥੀ ਦਾ ਮਨ ਵਿੱਚ ਲਾਲਚ ਰੱਖ ਕੇ ਸੇਵਾ ਕਰਦਾ ਸੀ ਕਿ ਜੇ ਮੈਂ ਵੀ ਗੁਰੂ ਘਰ ਦੀ ਅਣਥੱਕ ਸੇਵਾ ਕਰਾਂ ਤਾਂ ਗੁਰੂ ਪਿਤਾ ਜੀ ਮੇਰੀ ਸੇਵਾ ਤੋਂ ਪ੍ਰਸੰਨ ਹੋ ਕੇ ਮੈਨੂੰ ਹੀ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪਣਗੇ। ਪਰ ਉਸਦੇ ਮਨ ਵਿੱਚ ਇਹ ਡਰ ਵੀ ਸੀ ਕਿ ਉਸਦਾ ਛੋਟਾ ਭਰਾ ਸ੍ਰੀ ਅਰਜਨ ਦੇਵ ਜੀ ਬੜਾ ਸੰਤ ਸੁਭਾਅ ਅਤੇ ਸੇਵਾ ਭਾਵਨਾ ਵਾਲਾ ਹੈ, ਕਿਤੇ ਪਿਤਾ ਗੁਰੂ ਜੀ ਉਸਨੂੰ ਗੁਰਗੱਦੀ ਨਾ ਦੇ ਦੇਣ। ਇਸ ਲਈ ਉਹ ਸ੍ਰੀ ਅਰਜਨ ਦੇਵ ਜੀ ਨਾਲ ਬੜੀ ਈਰਖਾ ਕਰਦਾ ਸੀ ਅਤੇ ਗੁਰੂ ਪਿਤਾ ਜੀ ਜਾਂ ਸੰਗਤਾਂ ਦੇ ਸਾਹਮਣੇ ਉਹਨਾਂ ਦਾ ਤਰਕਾਰ ਕਰਦਾ ਕਰਨ ਅਤੇ ਨੀਵਾਂ ਦਿਖਾਉਣ ਦਾ ਮੌਕਾ ਉਹ ਹਮੇਸ਼ਾ ਧਾਰਦਾ ਰਹਿੰਦਾ ਸੀ। ਪਰ ਪ੍ਰਿਥੀਆ ਇਸ ਰਮਜ ਨੂੰ ਨਹੀਂ ਸੀ ਜਾਣਦਾ ਕਿ ਗੁਰਗੱਦੀ ਦੀ ਇਹ ਇਲਾਹੀ ਬਖਸ਼ਿਸ਼ ਤਾਂ ਉਸਨੂੰ ਹੀ ਪ੍ਰਾਪਤ ਹੋਈ ਹੈ ਜਿਸ ਨੇ ਆਪਣੇ ਅੰਦਰੋਂ ਅਹੰਕਾਰ ਨੂੰ ਬਿਲਕੁਲ ਮਾਰ ਕੇ ਅਤੇ ਪੂਰੀ ਤਰ੍ਹਾਂ ਨਿਸ਼ਕਾਮ ਹੋ ਕੇ ਸੇਵਾ ਕੀਤੀ। ਉਹ ਇਸ ਗੱਲ ਤੋਂ ਅਚੇਤ ਸੀ ਕਿ ਦੂਜੇ ਤੀਜੇ ਅਤੇ ਜਾਂ ਚੌਥੇ ਗੁਰੂ ਸਾਹਿਬਾਂ ਨੇ ਗੁਰਗੱਦੀ ਪ੍ਰਾਪਤੀ ਦੀ ਲਾਲਚ ਨਾਲ ਸੇਵਾ ਨਹੀਂ ਸੀ ਕੀਤੀ।
बल्कि उन्हां दा सेवा करदा तां इको एक मनोरथ सी कि वध तो वध सेवा सिमरन करके गुरु साहिब जी की बख्शिश नूं प्राप्त किया जाए अते अपने आप नूं संसारिक विकारां तों उपर चुक के गुरु भगती विच लीन हो इस मुरखा जन्म नूं सफला किया जाए। इसी जन नूं इह समझ नहीं सी कि इलाही गुरगद्दी किसे दी निजी जायदाद नहीं है, इस उपर तां उही विराजमान हो सकता है जो इस दे लायक होए, जिस नूं काल पुरख ने किरपा करके खास गुणा नाल नवाजिया होवे ते प्रभु दी बख्शिशता पात्र होवे। इस अगम्मी गुरगद्दी दियां जिम्मेवारियां इन्नियां महान ते दी बख्शिशता पात्र होवे इस अगम्मी गुरगद्दी दियां जिम्मेवारियां इन्नियां महान ते वड्डियां सन के इन्हां नूं कोई आम प्रतिचंद वर्गा अहंकारी ते लोभी आदमी निभा भी नहीं सी सकदा। इस महान जिम्मेवारियां नूं निभाउण दे समर्थ तां ओह हो सकता है जो हउमै अहंकार नूं त्याग के अकाल पुरख दा रूप हो चुका होवे। श्री गुरु रामदास जी दे दूजे साहिबजादे बाबा महादेव जी सन जो पृथ्वी चंद तो छोटे ते श्री अर्जन देव जी तो वड्डे सन। वो बड़े मस्त सुभा दे मालिक सन, वो संसार वालों बिल्कुल उपराम रहिंदे सन। किसी भी संसार कार विहार विच जां गुरु घर की सेवा च उनकी कोई दिलचस्पी नहीं सी। वो किसे नाल बोलदे चालदे भी बहुत घट सन, सो उन्हां विच वो गुण नहीं सन जो गुरगद्दी दियां महान जिम्मेवारियां नूं निभा सकन लई जरूरी सन। ते इस गल नूं बाबा महादेव जी आप भी चंगी तरह समझदे सन। इसलिए गुरगद्दी प्राप्त दा मरा ख्याल भी कदी उन्हां दे मन विच नहीं सी आया। श्री गुरु रामदास जी दी जी दे तीजे साहिबजादे श्री अर्जन देव जी विच पूर्ण गुरसिखा वाले सारे देवी गुण मौजूद सन। वो हर वेले नाम जपदे रहे ते बड़े प्रेम सुभा सब बड़े प्रेम भावना नाल संगत दी सेवा विच लगे रहिंदे सन। वो ये सेवा पृथ्वी चंद वांग किते लालच जां दिखावे लई नहीं सन करदे, बल्कि गुरु जी दी बख्शिश प्राप्त करके मुरखा जन्म नूं सफला करन लई करदे सन। उन्हां विच गुरु सुपुत्र होण जां सेवा सिमरन दा अहंकार भी बिल्कुल नहीं सी। उन्हां दी बोली विच बड़ी मिठास अते सुभाव विच बड़ी सहनशीलता सी। सहनशीलता दे पुंज होण करके वो अपने वड्डे भरा पृथ्वी चंद वल्लों उन्हां नाल कीते दुर्व्यहार ते बोल कबोलां नूं भी बिल्कुल नहीं चितारदे सन, सगों बड़े प्रेम ते सहनशीलता नाल सहारदे होए ओ श्री गुरु रामदास जी दी सेवा ते सत्कार कृपा भावना नाल नहीं बल्कि गुरु नानक देव जी दी चौथी इलाही जोत अते परमात्मा दा रूप समझ के करदे सन। इन्हां सब दैवी गुणा करके ही गुरु जी ते सारी संगत भी उन्हां दा बड़ा सत्कार करदी सी। पृथ्वी चंद श्री अर्जन देव जी दे इन्हां दैवी गुणा अते संगत नाल उन्हां दा प्रेम देख के ही उन्हां तों चिरदा सी ते हर वक्त डरदा सी कि किसा पिता गुरु जी अर्जन देव जी दैवी गुणां अते रूहानी देख के उन्हां नूं गुरगद्दी ना दे देन। पर गुरगद्दी प्राप्त करन अते
गुरु बचन की ख्वाहिश तो श्री अर्जन देव जी के दे नेड़े भी नहीं सी टुकी। वह तो अपने आप को गुरु जी उन्होंने संगत का दास या सेविक समझते सन। असल में श्री गुरु रामदास जी ने तुरों ही उन्होंने इस महान गुरगद्दी की जिम्मेवारी निभाउन लई चुन रख्या होया सी। यह गल सानू तीजे पातशाह श्री गुरु अमरदास जी दे उन्हां विखत बचनां तो भी स्पष्ट हो जाती है। जदों छोटी उम्र विच श्री अर्जन देव जी रड़दे होए गुरु अमरदास जी दे पलंग दा पावा फड़ के पलंग दे उत्ते चढ़न दी कोशिश कर रहे सन, अते जदों गुरु जी ने पुछया कि कौन है तो माता पानी जी ने जवाब दिता, जी श्री के पिता जी तुहाडा दोता है। तो गुरु जी ने वचन कीते सन, दोता बाणी का बोता। नाल ही उन्होंने कहा सी, पुत्रा अजे तेरा इस गद्दी उत्ते बैठने का समा नहीं आया। गुरु रामदास जी तो जानते ही सन कि श्री अर्जन देव जी ही इस महान जिम्मेवारी निभाउन लई अकाल पुरख वालों चुने गए सन। सब संगतां भी इस गल नूं समझदियां सन कि श्री अर्जन देव जी ही इस महान सेवा दी दे काबल हन। पर पृथ्वीआ इस अगम्य सच नूं समझ ना सकिया अते अपने आप नूं गुरगद्दी दा हकदार समझदा होया इस नूं प्राप्त करन लई हर हीला वसीला कर रहा सी। श्री गुरु रामदास जी ते काफ़ी संगतां उस दियां इन्हां शलाकियां ते मन दी खोट नूं जानदियां सन। सो धन गुरु अर्जन देव जी जिन्हां ने यह सारा गुरगद्दी ते बैठ के जो उन्होंने शहीदी पाई वह बेमिसाल है। सो असीं भी गुरु साहब दे यह वचन अपने हिरदे च वसाईए कि किस लिए असीं इस संसार ते आए हाँ। रोज़ पढ़ते हाँ, भई प्राप्त मनुख दवरिया गोबिंद मिलन की यह तेरी वरिया, अवर का तेरे कित नाकाम मेरे साध संगत पद के बलराम। सब गुरमुखो असीं आए तो वाहिगुरु का नाम जपण वास्ते कहड़े कामां च पै गए, इस करके असीं अपने मन दे नूं अपना गुरु नाल जोड़िए, अपना जन्म सफला करिए, ते अपना जन्म सफला करके संसार तो जाइए। देव सज्जन सी सड़िया जो वे साहब सो मेल। वाहिगुरु जी खालसा वाहिगुरु जी की फतेह।